ਕਿ ਇੱਦਾਂ ਦਾ ਹੀ ਜੀਵਨ ਜੀਣਾ ਹੈ ਜਾਂ ਇੱਕ ਦਿਨ ਪਿਆਰੇ ਦੇ ਹੋ ਜਾਣਾ, ਇਹ ਪਿਆਰਾ ਮੇਰਾ ਹੋ ਜਾਵੇ, ਮੈਂ ਪਿਆਰੇ ਦਾ ਹੋ ਜਾਵਾਂ, ਬਸ ਇਹਦੇ ਤੋਂ ਬਿਨਾਂ ਰਿਹਾ ਨਾ ਜਾਵੇ, ਇਹਨੂੰ ਜਿੱਥੇ ਬਸ ਇੱਕ ਆਪਣਾ ਹੀ ਰੰਗ ਹੋਵੇ। ਕਹਿੰਦੇ ਨੇ ਰੂੜੀ ਤੋਂ ਬਦਬੂ ਬੜੀ ਆਉਂਦੀ, ਰੂੜੀ ਤੋਂ ਬਦਬੂ ਆਉਂਦੀ ਹੈ ਨਾ, ਉੱਥੇ ਫੁੱਲ ਖਿੜ ਜਾਂਦਾ, ਖੁਸ਼ਬੂ ਨਾ ਭਰ ਜਾਂਦਾ, ਉਹਦੇ ਅੰਦਰ ਜਗ੍ਹਾ ਹੀ ਨਹੀਂ ਬਚਦੀ ਬਦਬੂ ਵਾਸਤੇ, ਉਹ ਰੂੜੀ 'ਤੇ ਖਿੜਿਆ ਹੀ ਖੁਸ਼ਬੂ ਨਾਲ ਰੰਗਿਆ ਰਹਿੰਦਾ ਕਿ ਉਹਨੂੰ ਆਉਂਦੀ ਹੈ। ਤੁਸੀਂ ਵੀ ਜਦੋਂ ਇਸ ਨਾਨਕ ਦੇ ਪ੍ਰੇਮ ਨਾਲ ਖਿੜ ਗਏ, ਨਾਨਕ ਦੇ ਪ੍ਰੇਮ 'ਚ ਰੱਤੇ ਗਏ, ਇਸ ਪਿਆਰੇ ਦੇ ਰੰਗ 'ਚ ਰੰਗੇ ਗਏ, ਉਸ ਦਿਨ ਤੁਹਾਨੂੰ ਇਹ ਸੰਸਾਰ ਦੇ ਔਗਣਾਂ ਦੀ ਬਦਬੂ ਨਹੀਂ ਆਉਣੀ, ਬੁਰਿਆਈਆਂ ਨਹੀਂ ਪਤਾ ਲੱਗਣੀਆਂ। ਇਹ ਬੜਾ ਉੱਚਾ ਰੰਗ ਏ, ਇਸ ਨੂੰ ਪਾਇਓ, ਨਸੀਬ ਹੋਇਓ। ਆਓ ਪਿਆਰੇ ਅੱਗੇ ਜੋਦੜੀ ਕਰੀਏ, ਹੇ ਸਾਹਿਬਾ ਦਿਆ ਕਰੀ, ਰਹਿਮਤ ਕਰੀ, ਅਸੀਂ ਅੱਜ ਤੋਂ ਪੂਰਾ ਯਤਨ ਕਰਾਂਗੇ, ਅਸੀਂ ਦੂਜਿਆਂ ਦੇ ਔਗਣਾਂ ਦੀਆਂ ਪੰਡਾਂ ਨਹੀਂ ਢੋਂਦੇ ਫਿਰਾਂਗੇ। ਸਾਧੂਆਂ ਕੋ ਤੇ ਵੇਖੋ ਤੁਸੀਂ ਆਉਂਦੇ ਹੋ, ਕਿੰਨੀਆਂ ਸਾਖੀਆਂ ਨੇ। ਕਹਿੰਦੇ ਕੋਈ ਸਾਧੂ ਹੀ ਤੇ ਟ੍ਰੇਨ ਦੇ ਵਿੱਚ ਬਹਿ ਗਿਆ, ਨਵੀਆਂ ਨਵੀਆਂ ਟ੍ਰੇਨਾਂ ਚੱਲੀਆਂ ਤੇ ਵਾਹ ਵਾਹ ਪੰਡ ਆਪਣੇ ਸਮਾਨ ਦੀ ਸਿਰ 'ਤੇ ਚੁੱਕ ਲਈ ਤੇ ਟ੍ਰੇਨ 'ਤੇ ਪੰਡ ਲਾ ਕੇ ਨਾ ਰੱਖੇ ਤੇ ਪਹਿਲਾਂ ਤੇ ਲੋਕ ਹੱਸੇ ਤੇ ਫਿਰ ਇੱਕ ਨੇ ਹੌਂਸਲਾ ਜਿਹਾ ਕਰਕੇ ਜਾ ਕੇ ਕਿਹਾ ਕਿ ਬਾਬਾ ਜੀ ਆ ਪੰਡ ਲਾ ਕੇ ਸਿਰ ਤੋਂ ਥੱਲੇ ਰੱਖ ਦਿਓ ਟ੍ਰੇਨ ਦੇ ਵਿੱਚ। ਤੇ ਕਹਿਣ ਲੱਗੇ ਨਾ ਭਾਈ ਨਾ, ਮੈਂ ਆਪਣੀ ਟਿਕਟ ਦਿੱਤੀ ਹੈ, ਪੰਡ ਦੀ ਨਹੀਂ ਦਿੱਤੀ, ਇਸ ਕਰਕੇ ਮੈਂ ਇਹ ਪੰਡ ਦਾ ਭਾਰ ਟ੍ਰੇਨ 'ਤੇ ਨਹੀਂ ਪਾਉਣਾ। ਉਹ ਹੱਸ ਪਿਆ ਤੇ ਹਾਰ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਭਾਵੇਂ ਸਿਰ 'ਤੇ ਚੁੱਕੋ ਤੇ ਭਾਵੇਂ ਤੁਸੀਂ ਥੱਲੇ ਰੱਖ ਦਿਓ, ਭਾਰ ਟ੍ਰੇਨ 'ਤੇ ਹੀ ਹੈ। ਤੇ ਸਾਧੂ ਨੇ ਹੱਸਦਿਆਂ ਹੱਸਦਿਆਂ ਰੱਖ ਦਿੱਤੀ ਤੇ ਕਹਿਣ ਲੱਗਾ ਮੈਂ ਤੇ ਸੋਚਿਆ ਸੀ ਮੂਰਖਾਂ 'ਚ ਬੈਠਾ ਏ ਮੂਰਖ ਹੋ ਕੇ ਬਵਾਂ ਤੇ ਤੁਸੀਂ ਤੇ ਸਿਆਣੇ। ਉਹਦੀ ਥੋੜ੍ਹਾ ਜਿਹਾ ਹੋਸ਼ ਆਈ ਤੇ ਪੁੱਛਣ ਲੱਗਾ ਵੀ ਇੱਦਾਂ ਕਿਉਂ ਕਹਿੰਦੇ ਹੋ? ਕਹਿੰਦੇ ਜੇ ਤੈਨੂੰ ਇਹ ਪਤਾ ਏ ਮੇਰੇ ਇਹ ਪੰਡ ਦਾ ਭਾਰ ਟ੍ਰੇਨ 'ਤੇ ਤੇ ਤੂੰ ਲੋਕਾਂ ਦੇ ਗੁਨਾਹਾਂ ਦੀਆਂ ਪੰਡਾਂ ਕਿਉਂ ਚੁੱਕੀ ਫਿਰਦਾ ਏ? ਇਹਦਾ ਭਾਰ ਵੀ ਤੇ ਰੱਬ 'ਤੇ ਰਹਿਣ ਦੇ, ਉਹਦਾ ਉਹਦੇ 'ਤੇ ਰਹਿਣ ਦੇ, ਉਹਦੇ ਕਰਮ ਨੇ ਉਹਦੇ ਨਾਲ ਜਾਣ ਦੇ, ਤੂੰ ਕਿਉਂ ਚੁੱਕੀ ਫਿਰਦਾ? ਤੁਸੀਂ ਵੀ ਸੁੱਟ ਦਿਓ। ਆਓ ਪਿਆਰੇ ਅੱਗੇ ਪ੍ਰਣ ਕਰੀਏ ਕਿ ਅੱਜ ਤੋਂ ਦੂਜੇ ਦਾ ਔਗਣ ਵੇਖ ਕੇ ਨਫ਼ਰਤ ਨਹੀਂ ਕਰਾਂਗੇ, ਉਹਦੀ ਨਿੰਦਿਆ ਨਹੀਂ ਕਰਾਂਗੇ, ਉਹਦੇ ਵਾਸਤੇ ਜਾਪ ਕਰਾਂਗੇ, ਮੂਲ ਮੰਤਰ ਸਾਹਿਬ ਦਾ ਜਾਪ ਕਰਾਂਗੇ ਤੇ ਅਰਦਾਸ ਕਰਾਂਗੇ ਹੇ ਸਾਹਿਬਾ ਇਹਨੂੰ ਗੁਣ ਬਖਸ਼ੀ। ਇਹ ਹੁਕਮ ਪਤਾ ਕਿਹੜਾ ਹੈ? ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ, ਤੇ ਜੇ ਤੂੰ ਇਹ ਕੰਮ ਕਰੇਗਾ ਤੇ ਦੇਹੀ ਰੋਗ ਨਾ, ਤੇਰੀ ਦੇਹੀ ਨੂੰ ਰੋਗ ਨਹੀਂ ਲੱਗੇਗਾ ਤੇ ਸਭ ਕੁਛ ਪੱਲੇ। ਇਹ ਪਿਆਰੇ ਦਾ ਹੁਕਮ ਹੈ ਤੇ ਜੇ ਚਾਹੁੰਦੇ ਹੋ ਦੇਹੀ ਨਿਰੋਗ ਹੋ ਜੇ, ਬਿਮਾਰੀਆਂ ਮੁੱਕ ਜਾਣ, ਸਭ ਕੁਝ ਪੱਲੇ ਪੈ ਜਾਵੇ, ਤੇ ਫਿਰ ਇੰਨਾ ਹੀ ਕਮਾ ਲਿਓ ਕਿ ਜਿਹਦਾ ਉਗਣ ਦਿਖਦਾ ਏ, ਸੱਸ ਨੂੰ ਨਹੁੰ ਦਾ ਉਗਣ ਦਿਖਦਾ ਏ, ਤੇ ਜੇ ਉਹਨੂੰ ਪ੍ਰੇਮ ਨਾ ਸਮਝਾ ਸਕਦੀ, ਗੁਣ ਦੇ ਸਕਦੀ, ਠੀਕ ਏ, ਨਹੀਂ ਤੇ ਅਰਦਾਸ ਕਰ ਦੇਵੇ ਆਪਣੇ ਪ੍ਰੀਤਮ ਗੜੀ ਜਿਹੜਾ ਵੀ ਦਿਖਦਾ ਏ, ਐਵੇਂ ਬਿਨਾਂ ਵਜ੍ਹਾ ਨਹੀਂ ਚੁੱਕੀ ਜਾਣਾ ਤੇ ਤੁਹਾਡੇ ਘਰਾਂ 'ਚੋਂ ਬੜੀਆਂ ਲੜਾਈਆਂ ਮੁੱਕ ਜਾਣੀਆਂ। ਕਰਾਂਗੇ ਨਾ? ਆਓ ਸਤਿਗੁਰੂ ਨਾਲ ਪ੍ਰਣ ਕਰੀਏ, ਹੇ ਪ੍ਰੀਤਮ ਦਿਆ ਕਰੇ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹ ਵਾਹੇ ਗੁਰੂ,
ਤੂੰ ਮੇਰਾ ਵਾਹਿਗੁਰੂ, ਪਿਆਰਾ ਵਾਹਿਗੁਰੂ, ਪਿਆਰਾ ਵਾਹਿਗੁਰੂ।